ਜੇਕਰ ਕੋਈ ਵਿਅਕਤੀ ਪੰਜਾਬ ਦੇ ਲਈ, ਪੰਜਾਬ ਫੋਰਸਿਸ ਦੇ ਲਈ ਜਾਂ ਮਿਲਟਰੀ ਦੇ ਅੰਦਰ ਪੰਜਾਬ ਦਾ ਜਵਾਨ ਸ਼ਹੀਦ ਹੁੰਦਾ ਤਾਂ ਅਸੀਂ ਉਹਨੂੰ 1 ਕਰੋੜ ਰੁਪਇਆ ਦੀ ਰਾਸ਼ੀ ਜਿਹੜੀ ਆ ਸਹਾਇਤਾ ਰਾਸ਼ੀ ਦਿੰਦੇ ਹਾਂ। ਸੋ ਉਸੇ ਤਹਿਤ ਅੱਜ, ਕਿਉਂਕਿ ਇਹ ਵੀ ਪੰਜਾਬ ਦੀ ਸੁਰੱਖਿਆ ਕਰਦਾ ਹੋਇਆ, ਪੰਜਾਬ ਲਾਅ ਐਂਡ ਆਰਡਰ ਦੇ ਵਿੱਚ ਜਿਹਦੀ ਮੌਤ ਹੋਈ ਆ, ਸੋ ਉਹਦੇ ਲਈ ਵੀ ਅਸੀਂ ਜਿਹੜੀ ਐਕਸ ਕਰੇਸੀਆ ਗ੍ਰਾਂਟ ਆ ਉਹ ਵੀ 1 ਕਰੋੜ ਰੁਪਏ ਦੇਣ ਦਾ ਅਸੀਂ ਅੱਜ ਫੈਸਲਾ ਅੱਜ ਦੀ ਕੈਬਨਿਟ ਦੇ ਵਿੱਚ ਹੋਇਆ ਗਾ। ਇਸੇ ਤਰ੍ਹਾਂ ਸੈਕੰਡ ਜਿਹੜਾ ਅਹਿਮ ਫੈਸਲਾ ਅੱਜ ਦੀ ਕੈਬਨਿਟ 'ਚ ਹੋਇਆ ਗਾ ਉਹ ਆ ਕੇ ਸਾਡਾ ਪੰਜਾਬ ਦੇ ਅੰਦਰ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਲਈ, ਪੰਜਾਬ ਦੇ ਅੰਦਰ ਉਦਯੋਗ ਕਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾਵੇ, ਕਿਸ ਤਰ੍ਹਾਂ ਉਦਯੋਗਿਕ ਮਾਹੌਲ ਜਿਹੜਾ ਬਣਾਇਆ ਜਾਵੇ, ਉਹਦੇ ਲਈ ਜਿਹੜੀ MSME ਆ, ਜਿਹੜੇ ਛੋਟੇ ਉਦਯੋਗ ਨੇ, ਮੈਂ ਸਮਝਦਾ ਗਾ ਕਿਉਂਕਿ ਪੰਜਾਬ ਦੇ ਵਿੱਚ ਛੋਟੇ ਉਦਯੋਗ ਵੱਡੇ ਪੱਧਰ ਤੇ ਪਾਏ ਜਾਂਦੇ ਨੇਗੇ, ਕਾਫੀ ਵੱਡੇ ਪੱਧਰ ਦੇ ਉੱਤੇ ਛੋਟੇ ਉਦਯੋਗ ਨੇਗੇ, ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਚਲਾਇਆ ਜਾਵੇ। ਸੋ ਉਹਦੇ ਲਈ ਅਸੀਂ ਇੱਕ ਨਵਾਂ ਜਿਹੜਾ MSME ਵਿੰਗ ਜਿਹੜਾ ਡੈਡੀਕੇਟਡ, ਜਿਹੜਾ ਸਿਰਫ ਓਨਲੀ ਤੇ ਓਨਲੀ MSME ਨੂੰ ਹੋਊਗਾ, ਉਸ ਵਿੰਗ ਦੀ ਸਥਾਪਨਾ ਹੋਈ ਆ, ਜਿੱਥੇ MSME ਨੂੰ ਲੈ ਕੇ ਕੋਈ ਵੀ ਪ੍ਰੋਬਲਮ, ਕੋਈ ਵੀ ਸਮੱਸਿਆ ਉਹਨਾਂ ਦੇ ਉਦਯੋਗ ਨੂੰ ਲੈ ਕੇ, ਛੋਟੀਆਂ ਕਾਰਜਾਂ ਨੂੰ ਲੈ ਕੇ ਹੋਊਗੀ, ਤਾਂ ਉਹ ਜਿਹੜਾ ਵਿੰਗ ਆ ਉਹਦਾ ਹੱਲ ਕਰੂਗਾ। ਉਹਦੀ ਅੱਜ ਸਥਾਪਨਾ ਕਰਨ ਦੇ ਲਈ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਦੀ ਕੈਬਨਿਟ ਦੇ ਅੰਦਰ ਮਨਜ਼ੂਰੀ ਦਿੱਤੀ ਹੈ। ਇਹ ਬਹੁਤ ਵੱਡਾ ਫੈਸਲਾ ਮੈਂ ਸਮਝਦਾ ਹੋਇਆਗਾ, ਜਿਹਦੇ ਨਾਲ ਪੰਜਾਬ ਦੀ ਛੋਟੀ ਸਨਅਤ, ਛੋਟੀ ਇੰਡਸਟਰੀ ਨੂੰ ਜਿਹੜਾ ਬਹੁਤ ਵੱਡਾ ਹੰਗਾਰਾ ਮਿਲੂਗਾ, ਕਿਉਂਕਿ ਪੰਜਾਬ ਪਿੱਛੇ ਜੇ ਸਾਹਮਣੇ ਆਇਆ ਸੀਗਾ ਕਿ ਪੰਜਾਬ ਦੇ ਅੰਦਰ ਪੂਰੇ ਨੌਰਥ ਇੰਡੀਆ ਦੇ ਵਿੱਚ, ਜਾਂ ਮੈਂ ਇੰਡੀਆ ਦੀ ਗੱਲ ਕਰਾਂ, ਇੰਡੀਆ ਦੇ ਅੰਦਰ ਸਭ ਤੋਂ ਵੱਧ ਜੇਕਰ MSME ਦੇ ਉਦਯੋਗ, ਛੋਟੇ ਉਦਯੋਗ ਜਿਹੜੇ ਨੇ ਲੱਗ ਰਹੇ ਨੇ ਤਾਂ ਉਹ ਪੰਜਾਬ 'ਚ ਲੱਗ ਰਹੇ ਨੇਗੇ। ਸੋ ਉਸੇ ਤਹਿਤ ਅਸੀਂ ਅੱਜ ਫੈਸਲਾ ਕੀਤਾ ਕਿ ਨਵਾਂ ਜਿਹੜੀ ਵਿੰਗ ਦੀ ਸਥਾਪਨਾ ਪੰਜਾਬ 'ਚ ਹੋਈ ਹੈਗੀ। ਸੋ ਇਸੇ ਤਰ੍ਹਾਂ ਤੀਜਾ ਅਹਿਮ ਫੈਸਲਾ ਕਿ ਪੰਜਾਬ ਦੇ ਅੰਦਰ ਸਾਡੇ ਟੀਚਰ ਸਾਹਿਬਾਨ ਅਧਿਆਪਕਾਂ ਦੀ ਜਿਹੜੀ ਤਬਾਦਲਾ ਨੀਤੀ ਸੀਗੀ ਉਹਦੇ ਵਿੱਚ ਅਸੀਂ ਥੋੜ੍ਹਾ ਬਦਲਾਅ ਕੀਤਾ ਗਾ, ਕਿਉਂਕਿ ਕਈ ਕਿਸਮ ਦੀਆਂ ਜਿਹੜੀਆਂ ਪਹਿਲਾਂ ਬਿਮਾਰੀਆਂ ਸ਼ਾਮਲ ਨਹੀਂ ਸੀ, ਕੋਈ ਬਿਮਾਰ ਹੋ ਜਾਂਦਾ ਜਾਂ ਹੋਰ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪਿਛਲੀ ਪਾਲਿਸੀ ਤੋਂ ਬਾਅਦ ਸਾਡੇ ਸਾਹਮਣੇ 'ਚ ਆਏ, ਸਰਕਾਰ ਦੇ ਧਿਆਨ 'ਚ ਆਏ, ਉਹਨਾਂ ਸਾਰੇ ਇਸ਼ੂਆਂ ਨੂੰ ਹੱਲ ਕਰਨ ਦਾ ਯਤਨ ਕੀਤਾ ਗਾ। ਨਵੀਂ ਜਿਹੜੀ ਤਬਾਦਲਾ ਨੀਤੀ ਆ ਪੁਰਾਣੀ ਤਬਾਦਲਾ ਨੀਤੀ ਥੋੜ੍ਹੀ ਸੋਧ ਕਰਕੇ ਉਹ ਕੀਤੀ ਹੈ ਤਾਂ ਕਿ ਸਾਡੇ ਅਧਿਆਪਕਾਂ ਨੂੰ ਦਿੱਕਤ ਨਾ ਆਵੇ, ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਫੈਸਲਾ ਗਾ ਕਿ ਅਧਿਆਪਕ ਜਿਹੜਾ ਗਾ ਉਹ ਆਪਦੇ ਘਰ ਦੇ ਨਜ਼ਦੀਕ ਹੋਣਾ ਚਾਹੀਦਾ, ਪਰ ਲੇਕਿਨ ਜਿੱਥੇ ਕਿਤੇ ਮਜਬੂਰੀ ਆ ਉੱਥੇ ਹੀ ਰਹੂਗਾ, ਪਰ ਲੇਕਿਨ ਇਹਦੇ ਵਿੱਚ ਅਸੀਂ ਇੱਕ ਵੱਡੀ ਸੋਧ ਜਿਹੜੀ ਆ ਉਹ ਅੱਜ ਪੰਜਾਬ ਕੈਬਨਿਟ ਨੇ ਕੀਤੀ ਆ। ਇਹਦੇ ਨਾਲ ਮੈਂ ਸਮਝਦਾ ਬਹੁਤ ਸਾਰੇ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ। ਇਸੇ ਤਰ੍ਹਾਂ ਇੱਕ ਜਿਹੜੀਆਂ ਸਾਡੀਆਂ ਜੰਗੀ ਵਿਧਵਾਵਾਂ, ਜੰਗੀ ਜਗੀਰ ਜਿਨ੍ਹਾਂ ਨੂੰ ਮਿਲਦੀ ਸੀਗੀ, ਦਾ ਈਸਟ ਪੰਜਾਬ ਬਾਰ ਅਵਾਰਡ ਐਕਟ 1948 ਦੇ ਵਿੱਚ ਜਿਹੜੇ 10,000 ਰੁਪਈਆ ਉਹਨਾਂ ਨੂੰ ਸਾਲਾਨਾ ਮਿਲਦਾ ਸੀਗਾ, ਸੋ ਉਹਦੇ ਵਿੱਚ ਇੱਕ ਵੱਡਾ ਵਾਧਾ ਕਰਕੇ ਉਹ ਅੱਜ ਉਹ 20,000 ਰੁਪਈਆ ਡਬਲ ਕੀਤਾ ਗਿਆ। ਜਿਨ੍ਹਾਂ ਦੇ ਵੀ ਪਰਿਵਾਰਾਂ ਨੇ ਉਸ ਸਮੇਂ ਸੇਵਾ ਕੀਤੀ, ਉਸ ਸਮੇਂ ਦੇਸ਼ ਦੀ ਰੱਖਿਆ ਕੀਤੀ, ਉਹਨਾਂ ਦੇ ਵਿਧਵਾਵਾਂ ਨੂੰ ਪੈਸੇ ਦੇਣ ਦੇ ਲਈ, ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦੇ ਬਹੁਤ ਵੱਡਾ ਫੈਸਲਾ ਹੋਇਆ ਗਾ। 10,000 ਤੋਂ ਵਧਾ ਕੇ ਅਸੀਂ ਉਹ ਜਿਹੜੀ ਜੰਗੀ ਜਗੀਰ ਦੀ ਰਾਸ਼ੀ ਆ, ਜਿਹਨੂੰ ਜੰਗੀ ਜਗੀਰ ਕਿਹਾ ਜਾਂਦਾ ਗਾ, ਉਹ ਅਸੀਂ 10,000 ਤੋਂ ਵਧਾ ਕੇ ਅੱਜ 20,000 ਜਿਹੜੀ ਕੀਤੀ ਆ। ਇਸੇ ਤਰ੍ਹਾਂ ਸਾਡੇ ਕੁਝ ਡਿਪਾਰਟਮੈਂਟ ਦੇ ਵਿਅਕਤੀ ਜਿਹੜੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰਦੇ ਸੀਗੇ, ਉਹਨਾਂ ਨੂੰ ਉਹਨਾਂ ਦੀਆਂ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਉਹ ਦੂਜੇ ਡਿਪਾਰਟਮੈਂਟ ਜਾਂ ਦੂਜੇ ਸਟੇਟ ਲੈ ਸਕਣ, ਉਹਦੇ ਵਿੱਚ ਵੀ ਅਸੀਂ ਫੈਸਲਾ ਕੀਤਾ ਗਾ ਕਿ ਡਿਪਾਰਟਮੈਂਟ ਦੇ ਅਧਿਕਾਰੀ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਸੋਰੀ ਕਿਸੇ ਹੋਰ
ਜੇਕਰ ਕਿਸੇ ਹੋਰ ਸਟੇਟ ਨੂੰ ਜਾਂ ਕਿਸੇ ਹੋਰ ਏਜੰਸੀ ਨੂੰ ਉਹਨਾਂ ਦੀ ਕੰਸਲਟੈਂਸੀ ਦੀ ਸੇਵਾਵਾਂ ਦੀ ਲੋੜ ਆ ਤਾਂ ਕਿ ਉੱਥੇ ਆਪਣੀ ਕੰਸਲਟੈਂਸੀ ਸੇਵਾਵਾਂ ਨਿਭਾ ਸਕਣ। ਉਹਦੇ ਨਾਲ ਵੀ ਮੈਂ ਸਮਝਦਾ ਸਾਨੂੰ ਥੋੜ੍ਹਾ ਜਿੱਥੇ ਸਾਨੂੰ ਪ੍ਰੋਫਿਟ ਹੋਊਗਾ ਉੱਥੇ ਜਿਹੜੇ ਸਾਡੇ ਅੱਛੇ ਮੈਂ ਸਮਝਦਾ ਮੁਲਾਜ਼ਮ ਨੇਗੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਲੰਬਾ ਸਮਾਂ ਪੰਜਾਬ 'ਚ ਰਹਿ ਕੇ ਸੇਵਾ ਕੀਤੀ। ਖਾਸ ਕਰਕੇ ਮੈਂ ਜੇਕਰ ਜਲ ਸਰੋਤ ਵਿਭਾਗ ਦੀ ਗੱਲ ਕਰਾਂ, ਜਲ ਸਰੋਤ ਵਿਭਾਗ ਦੇ ਅੰਦਰ ਹਾਈਡਰੋਲਿਕ ਢਾਂਚਿਆਂ ਦੀ ਸਥਾਪਨਾ, ਡੈਮਾਂ, ਚੈੱਕ ਡੈਮਾਂ, ਪੁਲਾਂ, ਇਮਾਰਤਾਂ ਦੇ ਡਿਜ਼ਾਇਨ, ਉਹ ਸਾਰੇ ਦੇ ਵਿੱਚ ਜਿਨ੍ਹਾਂ ਨੇ ਅੱਛੀ ਮਹਾਰਤ ਹਾਸਲ ਕੀਤੀ ਆ ਉਹ ਵੀ ਆਪਣੀਆਂ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਨੇਗੀਆਂ ਉਹ ਦੂਸਰੇ ਪਾਸੇ ਕਿਤੇ ਹੋਰ ਏਜੰਸੀ ਨੂੰ ਵੀ ਜਿਹੜੀਆਂ ਨੇ ਉਹ ਦੇ ਸਕਦੇ ਨੇ। ਇਹਦੇ ਨਾਲ ਮੈਂ ਸਮਝਦਾ ਸਾਨੂੰ ਕਾਫੀ ਹੱਦ ਤੱਕ ਮਾਲੀਆ ਜਿਹੜਾ ਉਹ ਵੀ ਮਿਲਣ ਦੀ ਸੰਭਾਵਨਾ ਹੈਗੀ। ਇਸੇ ਤਰ੍ਹਾਂ ਕਾਫੀ ਲੰਬੇ ਅਰਸੇ ਤੋਂ ਇੱਕ ਬਹੁਤ ਸਮੱਸਿਆ ਚੱਲਦੀ ਆ ਰਹੀ ਸੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਵਿੱਚ ਪ੍ਰੋਫੈਸਰ ਸੀ, ਪੰਜਾਬ ਦੇ ਪ੍ਰੋਫੈਸਰ ਸੀ, ਉਹਨਾਂ ਦੀ ਭਰਤੀ ਨਹੀਂ ਹੋਈ ਸੀਗੀ ਔਰ ਉਹ ਕਿਤੇ ਨਾ ਕਿਤੇ ਟੈਂਪਰੇਰੀ ਅਰੇਂਜਮੈਂਟ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ, ਚਾਹੇ ਐਡਹੋਕ ਦੇ ਉੱਤੇ ਚਾਹੇ ਕੰਟਰੈਕਟ ਦੇ ਉੱਤੇ। ਅੱਜ ਅਸੀਂ ਫੈਸਲਾ ਕੀਤਾ ਜਿਹੜੇ ਪਾਰਟ ਟਾਈਮ ਗੈਸਟ ਫੈਕਲਟੀ, ਕੰਟਰੈਕਟ ਲੈਕਚਰ, ਉਹਨਾਂ ਵਿੱਚ ਜਿਹੜੀ ਉਮਰ ਦੀ ਛੋਟ ਆ ਉਹ ਦਿੱਤੀ ਆ, ਉਹਦੇ ਵਿੱਚ ਅਸੀਂ ਉਸ ਨੂੰ ਜਿਹੜੀਆਂ ਹੁਣ ਪੋਸਟਾਂ ਆਉਣਗੀਆਂ, ਖਾਸ ਕਰਕੇ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹ ਪੋਸਟਾਂ ਭਰ ਰਿਹਾ ਕਿਉਂਕਿ ਬਹੁਤ ਸਾਰੇ ਲਗਭਗ ਪੰਜਾਬ ਦੇ ਕਾਲਜ ਖਾਲੀ ਹੋਏ ਪਏ ਨੇਗੇ। ਸੋ ਉਹਨਾਂ ਵਿੱਚ ਅਸੀਂ ਉਮਰ ਦੀ ਜਿਹੜੀ ਉਹਨਾਂ ਨੂੰ ਸਿਰਫ ਜਿਹੜੇ ਪਾਰਟ ਟਾਈਮ ਨੇ, ਗੈਸਟ ਫੈਕਲਟੀ ਨੇ, ਕੰਟਰੈਕਟ ਦੇ ਲੈਕਚਰਾਰ ਨੇਗੇ ਜਿਹੜੇ ਕਾਲਜਾਂ 'ਚ ਕੰਮ ਕਰਦੇ, ਉਹਨਾਂ ਦੀ ਜਿਹੜੀ ਉਮਰ ਦੀ ਸੀਮਾ ਹੈਗੀ, ਉੱਪਰਲੀ ਉਮਰ ਦੀ ਸੀਮਾ ਉਹ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਆ। ਸੋ ਕਿਉਂਕਿ ਲਗਭਗ 612 ਅਸਾਮੀਆਂ ਲੈਕਚਰਾਰਾਂ ਦੀ ਉਹ ਖਾਲੀ ਪਈਆਂ ਸੀ, ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਸੀਗਾ। ਸੋ ਉਹਦੇ ਨਾਲ 600 ਜਿਹੜੀਆਂ 12 ਪੋਸਟਾਂ ਭਰੀਆਂ ਜਾਣਗੀਆਂ, ਉਹਦੇ ਵਿੱਚ ਉਮਰ ਦੀ ਹੱਦ ਸਿਰਫ ਇਹਨਾਂ ਕੈਟਾਗਰੀ ਨੂੰ ਦਿੱਤੀ ਆ ਕਿਉਂਕਿ ਉਹ ਓਵਰੇਜ ਹੋ ਗਏ, ਭਰਤੀ ਨਹੀਂ ਆਈ ਲੰਬੇ ਸਮੇਂ ਤੋਂ ਪਾਰਟ ਟਾਈਮ 'ਤੇ ਜਾਂ ਕੰਟਰੈਕਟ 'ਤੇ ਜਾਂ ਬਤੌਰ ਗੈਸਟ ਫੈਕਲਟੀ ਉਹ ਕੰਮ ਕਰਦੇ ਸੀ, ਉਹਨਾਂ ਨੂੰ ਉਹਨਾਂ ਦੀ ਸੇਵਾਵਾਂ ਜਿਹੜੀ ਹੈਗੀ ਉਹ 'ਚ ਵਾਧਾ ਕੀਤਾ ਗਿਆ, ਉਹਨਾਂ ਦੀ ਜਿਹੜੀ ਉਮਰ ਆ ਉਹ 37 ਤੋਂ ਵਧਾ ਕੇ ਹਾਂਜੀ 37 ਤੋਂ 45 ਜਿਹੜੀ ਆ ਉਹ ਅਸੀਂ ਕੀਤੀ ਆ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਨਵੀਆਂ ਅਸਾਮੀਆਂ ਦੀ ਵੀ ਰਚਨਾ ਹੋਈ ਆ ਜਿਹਦੇ ਵਿੱਚ ਮਲੇਰਕੋਟਲਾ ਅਤੇ ਫਰੀਦਕੋਟ ਦੇ ਵਿੱਚ ਵੀ ਅਸੀਂ ਨਵੀਆਂ ਅਸਾਮੀਆਂ ਦੀ ਜਿਹੜੀ ਆ ਉਹ ਰਚਨਾ ਕੀਤੀ ਹੈਗੀ। ਇਹ ਇੱਕ ਬਹੁਤ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਹੋਏ ਨੇ। ਇਸ ਤੋਂ ਬਿਨਾਂ ਸਭ ਤੋਂ ਵੱਡਾ ਅਤੇ ਅਹਿਮ ਫੈਸਲਾ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਾਡਾ ਸੈਸ਼ਨ ਆਉਣਾ ਗਾ ਅਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਵਰ੍ਹੇ ਦਾ ਅਸੀਂ ਬਜਟ ਪੇਸ਼ ਕਰਨਾ ਗਾ। ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ ਉਹ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ। 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਊ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾ ਗਾ ਉਹ ਪੇਸ਼ ਕੀਤਾ ਜਾਣਾ ਗਾ। ਇਹਦੇ ਵਿੱਚ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਤੋਂ ਬਾਅਦ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਵਰ੍ਹੇ ਦਾ ਬਜਟ ਜਿਹੜਾ
ਉਹ ਪੇਸ਼ ਕੀਤਾ ਜਾਊਗਾ। ਔਰ ਜਿਹੜਾ ਮਾਨਯੋਗ ਗਵਰਨਰ ਸਾਹਿਬ 1 ਤਰੀਕ ਨੂੰ ਭਾਸ਼ਣ ਦੇਣਗੇ, ਉਸ ਭਾਸ਼ਣ 'ਤੇ ਬਹਿਸ ਜਿਹੜੀ ਆ ਉਹ 4 ਤਰੀਕ ਨੂੰ ਹੋਊਗੀ, ਔਰ ਜਦੋਂ ਬਜਟ ਜਿਹੜਾ 5 ਤਰੀਕ ਨੂੰ ਪੇਸ਼ ਹੋਊਗਾ, ਔਰ 6 ਤਰੀਕ ਨੂੰ ਉਹਦੇ ਡਿਬੇਟ ਹੋਊਗੀ। ਸੋ ਉਸ ਤੋਂ ਬਿਨਾਂ 15 ਤਰੀਕ ਤੱਕ ਹੋਰ ਬਹੁਤ ਸਾਰੇ ਕੰਮਕਾਜ ਜਿਹੜੇ ਵਿਧਾਨਕ ਕੰਮਕਾਰ ਨੇਗੇ ਉਹ ਪੈਂਡਿੰਗ ਪਏ ਨੇ, ਉਹ ਸਾਰੇ ਕੰਮਕਾਜ ਜਿਹੜੇ ਅਗਲੇ ਦਿਨਾਂ 'ਚ ਹੋਣਗੇ। ਔਰ ਇਸ ਤੋਂ ਬਿਨਾਂ ਜੇਕਰ ਹੋਰ ਵੀ ਕੋਈ ਕੰਮਕਾਰ ਹੋਊਗਾ ਤਾਂ ਉਹ ਮਾਨਯੋਗ ਸਾਡੀ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਆ ਉਹਦੀ ਸਲਾਹ ਮਸ਼ਵਰੇ ਦੇ ਨਾਲ ਉੱਥੇ ਵੀ ਕੋਈ ਨਵੀਂ ਸੋਧ ਹੋ ਸਕਦੀ ਹੈ। ਪਰ ਲੇਕਿਨ ਇਹ ਜਿਹੜਾ ਮੋਟਾ ਮੋਟਾ ਗਾ ਕਿ 1 ਤੋਂ ਲੈ ਕੇ 15 ਮਾਰਚ ਤੱਕ ਬਜਟ ਸੈਸ਼ਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ। ਇਸ ਤੋਂ ਬਿਨਾਂ ਇੱਕ ਬਹੁਤ ਹੀ ਅਹਿਮ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਜੋ ਕਿਸਾਨੀ ਅੰਦੋਲਨ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਲਈ ਕੇਂਦਰ ਸਰਕਾਰ ਦੇ ਖਿਲਾਫ ਜੋ ਮੋਰਚਾ ਲਾਇਆ ਗਿਆ, ਜਿਹੜਾ ਕਿ ਮੈਂ ਸਮਝਦਾ ਹਰਿਆਣਾ ਸਰਕਾਰ ਨੇ ਬੇਵਜ੍ਹਾ ਜਿਹਨੂੰ ਸ਼ੰਭੂ ਦੇ ਬਾਰਡਰ 'ਤੇ ਖਨੌਰੀ ਦੇ ਬਾਰਡਰ 'ਤੇ ਰੋਕਿਆ ਹੋਇਆ ਗਾ। ਸੋ ਉਹਦੇ ਵਿੱਚ ਜਿੰਨੇ ਵੀ, ਜੇਕਰ ਕੋਈ ਪਰਮਾਤਮਾ ਨਾ ਕਰੇ, ਜੇਕਰ ਕੋਈ ਕਿਸਾਨ ਜ਼ਖਮੀ ਹੁੰਦਾ ਗਾ, ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੇ ਡਾਕਟਰ ਸਾਹਿਬਾਨ ਦੀ ਡਿਊਟੀ ਲਾਈ ਆ, ਬਹੁਤ ਸਾਰੇ ਸਾਡੀਆਂ ਜਿਹੜੀਆਂ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਉਹ ਸਾਰੀਆਂ ਉਹਦੀਆਂ ਗੱਡੀਆਂ ਉੱਥੇ ਤੈਨਾਤ ਕੀਤੀਆਂ ਨੇਗੀਆਂ ਕਿ ਜੇਕਰ ਕੋਈ ਜ਼ਖਮੀ ਹੋ ਜਾਂਦਾ ਤਾਂ ਤੁਰੰਤ ਉਹਨੂੰ ਹੋਸਪਿਟਲ 'ਚ ਪਹੁੰਚਾਇਆ ਜਾਵੇ। ਇਸੇ ਤਰ੍ਹਾਂ ਬਹੁਤ ਸਾਰੀ ਐਂਬੂਲੈਂਸ ਲੱਗੀਆਂ ਹੋਈਆਂ ਨੇਗੀਆਂ। ਉੱਥੇ ਨਾਲ ਦੀ ਨਾਲ ਇਹ ਫੈਸਲਾ ਕੀਤਾ ਗਾ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ, ਚਾਹੇ ਉਹ ਜਿਹੜੇ ਵਿਧਾਇਕ ਡਾਕਟਰ ਨੇਗੇ, ਖਾਸ ਕਰਕੇ ਅੱਖਾਂ ਦੇ ਮਾਹਰ, ਚਾਹੇ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਜੀ, ਚਾਹੇ ਸਾਡੇ ਮਲੋਟ ਤੋਂ ਜਿਹੜੇ ਸਾਡੇ ਪਾਰਟੀ ਦੇ ਵਿਧਾਇਕ ਵੀ ਨੇ ਅਤੇ ਕੈਬਨਿਟ ਦੇ ਮਿਨਿਸਟਰ ਨੇ, ਡਾਕਟਰ ਬਲਜੀਤ ਕੌਰ, ਡਾਕਟਰ ਬਲਬੀਰ ਸਿੰਘ, ਇਹ ਸਾਰੇ ਜਿਹੜੇ ਨੇਗੇ ਉਹ ਆਪਣਾ ਕੈਂਪ ਉੱਥੇ ਲਾਉਣਗੇ ਤਾਂ ਕਿ ਕੋਈ ਵੀ ਕਿਸੇ ਕਿਸਮ ਜਿੱਥੇ ਇਲਾਜ ਵੀ ਕਰਨਗੇ, ਜੇਕਰ ਕੋਈ ਹੋਰ ਜ਼ਿਆਦਾ ਹਾਇਰ ਇੰਸਟੀਟਿਊਸ਼ਨ ਭੇਜਣ ਦੀ ਲੋੜ ਪਈ ਤਾਂ ਉਹ ਵੀ ਭੇਜਣਗੇ। ਸੋ ਵੀ ਮੈਂ ਸਮਝਦਾ ਅੱਜ ਅਸੀਂ ਉੱਥੇ ਡਿਸਕਸ਼ਨ ਹੋਇਆ ਅਤੇ ਮਾਨ ਸਾਹਿਬ ਨੇ ਡਿਊਟੀ ਲਾਈ ਆ ਕਿ ਇਹ 3 ਹੀ ਜਿਹੜੇ ਡਾਕਟਰ ਨੇ ਉੱਥੇ ਰਹਿਣਗੇ ਤਾਂ ਕਿ ਕਿਸੇ ਵੀ ਕਿਸਮ ਦੀ ਜਿਹੜੀ ਆ, ਖਾਸ ਕਿਉਂਕਿ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ, ਟੀਅਰ ਗੈਸ ਦੇ ਮਾਰੀ ਜਾਂਦੀ ਆ ਜਾਂ ਹੋਰ ਲਾਠੀਚਾਰਜ ਹੁੰਦਾ ਤਾਂ ਉੱਥੇ ਜ਼ਿਆਦਾ ਅੱਖਾਂ 'ਤੇ ਸੱਟ ਆਉਣ ਦੀ ਸੰਭਾਵਨਾ ਗੀ। ਸੋ ਉਹਦੇ ਲਈ ਪ੍ਰੀਕੋਸ਼ਨ ਦੇ ਲਈ ਅੱਜ ਮਾਨ ਸਾਹਿਬ ਨੇ ਉਹਨਾਂ 3 ਦੀ ਡਿਊਟੀ ਵੀ ਲਾਈ ਹੈਗੀ। ਥੈਂਕ ਯੂ ਜੀ। ਬਿਲਕੁਲ, ਪੂਰਾ ਬਜਟ ਜਿਹੜਾ ਗਾ ਵਿਧਾਨ ਸਭਾ 'ਚ ਬਜਟ, ਮੈਂ ਕਿਹਾ ਨਾ ਬਜਟ, ਪੂਰਾ ਬਜਟ ਪੇਸ਼ ਕੀਤਾ ਜਾਊਗਾ। ਫਿਰ ਨਹੀਂ ਤਾਂ ਟਹਿਰਾ, ਮੈਂ ਕਹਿੰਦਾ ਪੂਰਾ ਬਜਟ ਜਿਹੜਾ ਗਾ ਉਹ ਪੀਤਾ ਹੈ ਜੀ। ਬਿਲਕੁਲ, ਜਿਹੜੇ ਅੰਦੋਲਨ ਦੇ ਦੌਰਾਨ ਇੱਕ ਸਾਡਾ ਕਿਸਾਨ ਭਰਾ, ਮੈਂ ਸਮਝਦਾ ਬੀਜੇਪੀ ਦੀਆਂ ਮਾਰੂ ਨੀਤੀਆਂ ਦੇ ਕਾਰਨ, ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਔਰ ਕੇਂਦਰ ਸਰਕਾਰ ਦੇ ਅਤਿਆਚਾਰ ਦੇ ਕਾਰਨ ਸਾਡੇ 'ਚੋਂ ਚਲਿਆ ਗਿਆ, ਵਿਛੜ ਗਿਆ, ਸਭ ਤੋਂ ਪਹਿਲਾਂ ਤਾਂ ਮੈਂ ਉਸਦੇ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕਰਦਾਂਗਾ, ਦੁੱਖ ਪ੍ਰਗਟ ਕਰਦਾਂਗਾ। ਔਰ ਦੂਸਰਾ, ਬਿਲਕੁਲ ਉਹਦਾ ਮਾਮਲਾ ਵਿਚਾਰਿਆ ਗਿਆ। ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਉਸ ਕਿਸਾਨ ਦਾ ਪਰਿਵਾਰ, ਉਸ ਕਿਸਾਨ ਦੀ ਜਿਹੜੀ ਫੈਮਿਲੀ ਆ ਉਹ ਮਾਨ ਸਾਹਿਬ ਦੇ ਨਾਲ ਬਿਲਕੁਲ ਟੱਚ ਆ। ਬੜੀ ਜਲਦੀ ਜਿਹੜਾ ਹੈਗਾ, ਜਿਸ ਤਰ੍ਹਾਂ ਵੀ ਪਰਿਵਾਰ ਕਹੂਗਾ, ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਉੱਤੇ ਫੈਸਲਾ ਲੈਣਾ। ਨਹੀਂ ਨਹੀਂ, ਇਹ ਜਸਪਾਲ ਸਿੰਘ ਕਿਉਂਕਿ ਹੋਮਗਾਰਡ ਜਿਹੜਾ ਹੈਗਾ ਉਹ ਨਹੀਂ ਐਡ ਕਰਦਾ, ਤਾਂ ਇਸ ਗੱਲ ਕਰਕੇ ਉਹ ਇਕੱਲੇ ਉਸਦੇ ਹੱਕ 'ਚ ਫੈਸਲਾ। ਪਰ ਇੱਕ ਇਹ ਆ ਰਿਹਾ ਕਿ ਉਹਨਾਂ ਨੇ ਇੱਕ ਤਰ੍ਹਾਂ ਸਰਜੀਕਲ ਸਟ੍ਰਾਈਕ ਪੰਜਾਬ ਦੀ ਹੱਦ ਚਾ ਕੇ ਕੀਤੀ ਆ, ਗੱਡੀਆਂ ਪੰਨੀਆਂ
ਹਮਲਾ ਕੀਤਾ ਤੇ ਉਸ ਤੋਂ ਬਾਅਦ ਇਹ ਵੀ ਹੈ ਕਿ ਉਹ ਡਰੋਨ ਉਹਨਾਂ ਦਾ ਇੱਧਰ ਆ ਰਿਹਾ ਤੇ ਇੱਕ ਮੁੰਡਾ ਮਾਰਿਆ ਗਿਆ, 12-13 ਜ਼ਖਮੀ ਨੇ, ਕੀ ਉਹਨਾਂ ਦੀ FIR ਕਰ ਰਹੀ ਹੈ ਸਰਕਾਰ? ਦੇਖੋ ਪੋਸਟਮਾਰਟਮ ਜਦੋਂ ਪਰਿਵਾਰ ਸਹਿਮਤੀ ਦੇ ਦਊ ਪੋਸਟਮਾਰਟਮ ਹੋਊਗਾ, ਪੋਸਟਮਾਰਟਮ ਤੋਂ ਬਾਅਦ ਜਿਹੜਾ ਇਹਦੇ ਤੇ ਫੈਸਲਾ ਲਿਆ ਜਾਊਗਾ। ਪਰ ਬਿਲਕੁਲ ਆ ਕਿ ਉਹਨਾਂ ਦੇ ਖਿਲਾਫ਼ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਜ਼ਰੂਰ ਹੋਊਗੀ, ਸੋ ਉਹਦੇ ਤੇ ਫੈਸਲਾ ਲਿਆ ਗਿਆ ਕਿ ਕਾਰਵਾਈ ਹੋਊਗੀ। ਸੋ ਪੋਸਟਮਾਰਟਮ ਦੀ ਜਿਹੜੀ ਆ, ਕਿਉਂਕਿ ਕੁਛ ਪ੍ਰਕਿਰਿਆ ਹੁੰਦੀ ਆ, ਉਹ ਪੋਸਟਮਾਰਟਮ ਦੀ ਵੇਟ ਜਿਹੜੀ ਆ ਉਹ ਕਰ। ਪੂਰਾ ਪੰਜਾਬ ਜਾਣਦਾ, ਦੇਸ਼ ਦੇ ਕਿਸਾਨ ਜਾਣਦੇ ਨੇਗੇ ਕਿ ਜਦੋਂ 3 ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦਾ ਹਿੱਸਾ ਸੀ, ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਦੇ ਵਿੱਚ ਹਿੱਸੇਦਾਰ ਸੀਗਾ, ਔਰ ਉਸ ਸਮੇਂ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਮਜੀਠੀਆ ਜੀ ਦੀ ਸਿਸਟਰ ਉਸ ਕੈਬਨਿਟ ਦਾ ਹਿੱਸਾ ਸੀ ਜਿਸ ਕੈਬਨਿਟ ਨੇ 3 ਕਾਲੇ ਕਾਨੂੰਨ ਪਾਸ ਕੀਤੇ ਸੀਗੇ, ਔਰ ਪੰਜਾਬ ਦੇ ਕਿਸਾਨਾਂ ਦੇ ਵਿਦਰੋਹ ਦੇ ਕਾਰਨ, ਪੰਜਾਬ ਦੇ ਕਿਸਾਨਾਂ ਦੇ ਪ੍ਰੋਟੈਸਟ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਨਾਤਾ BJP ਨਾਲ ਤੋੜਨਾ ਪਿਆ ਸੀਗਾ। ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਗਾ। ਤਾਂ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਡਟ ਕੇ, ਹਾਲਾਂਕਿ ਅਸੀਂ ਆਪੋਜੀਸ਼ਨ ਦੇ ਵਿੱਚ ਸੀ, ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਡਟ ਕੇ ਪੰਜਾਬ ਦੇ ਅੰਦਰ ਔਰ ਦਿੱਲੀ ਦੇ ਅੰਦਰ ਡਟ ਕੇ ਕਿਸਾਨੀ ਅੰਦੋਲਨ ਦੀ ਹਿਮਾਇਤ ਕੀਤੀ ਸੀ। ਦਿੱਲੀ ਸਰਕਾਰ ਨੇ, ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ, ਜੋ ਦਿੱਲੀ ਦੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਸੀਗੇ, ਤਾਂ ਅਰਵਿੰਦ ਕੇਜਰੀਵਾਲ ਜੀ ਨੇ, ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੇ ਬਤੌਰ ਮੁੱਖ ਮੰਤਰੀ ਉੱਥੇ ਜਾਰੀ ਦਿੱਤੀਆਂ ਸੀ ਬਹੁਤ ਸਾਰੀਆਂ ਸਹੂਲਤਾਂ। ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ, ਕਿਉਂਕਿ ਉਸ ਸਮੇਂ ਮੈਂਬਰ ਪਾਰਲੀਮੈਂਟ ਸੀਗੇ, ਇੱਕੋ ਇੱਕ ਇਕਲੌਤੇ ਮੈਂਬਰ ਪਾਰਲੀਮੈਂਟ ਸੀਗੇ ਜਿਨ੍ਹਾਂ ਨੇ ਮੋਦੀ ਸਾਹਿਬ ਨੂੰ ਸ਼ਰੇਆਮ ਜਿਹੜਾ ਸੈਂਟਰ ਹਾਲ ਦੇ ਅੰਦਰ ਘੇਰਿਆ ਸੀਗਾ। ਸੋ ਬਿਲਕੁਲ ਅਸੀਂ ਤਾਂ ਕਿਸਾਨੀ ਹਿਤੈਸ਼ੀ ਕਿੰਨੇ ਆ, ਇਹ ਪੰਜਾਬ ਦਾ ਕਿਸਾਨ ਵੀ ਜਾਣਦਾ ਗਾ, ਪੰਜਾਬ ਦੇ ਲੋਕ ਵੀ ਜਾਣਦੇ ਨੇਗੇ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਕਿੰਨਾ ਕਿਸਾਨ ਵਿਰੋਧੀ ਆ, ਇਹ ਵੀ ਸਾਰਾ ਪੰਜਾਬ ਜਾਣਦਾ ਗਾ ਕਿ ਜਦੋਂ 3 ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਕੈਬਨਿਟ ਮਿਨਿਸਟਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਕੈਬਨਿਟ ਦੇ ਵਿੱਚ ਬੈਠ ਕੇ ਉਹਨਾਂ 3 ਕਾਲੇ ਕਾਨੂੰਨਾਂ ਦੇ ਉੱਤੇ ਮੋਹਰ ਲਾਈ ਸੀ, ਜਿਹਨੂੰ ਕਿ ਬਾਅਦ ਦੇ ਵਿੱਚ ਸੈਂਟਰ ਸਰਕਾਰ ਨੇ ਵਾਪਸ ਲਿਆ ਸੀਗਾ। ਸੋ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਕਿਸਾਨ ਦੇ ਨਾਲ ਸੀ, ਅਸੀਂ ਅੱਜ ਵੀ ਕਿਸਾਨ ਦੇ ਨਾਲ ਹਾਂ, ਅਸੀਂ ਕਿਸਾਨ ਦੇ ਹਮੇਸ਼ਾ ਹੀ ਹਮਾਇਤੀ ਹਾਂ। ਸੋ ਜਿੰਨਾ ਮਰਜ਼ੀ ਪ੍ਰਚਾਰ ਕਰ ਲੈਣ, ਇਹਨਾਂ ਨੂੰ ਸਪਸ਼ਟ ਪਤਾ ਗਾ। ਔਰ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 4 ਵਾਰ ਕੇਂਦਰ ਦੇ ਮੰਤਰੀਆਂ ਨੂੰ ਪੰਜਾਬ ਬੁਲਾ ਕੇ ਗੱਲਬਾਤ ਦਾ ਸੱਦਾ ਦਿੱਤਾ, ਕਿਸਾਨਾਂ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਬਤੌਰ ਵਕੀਲ, ਬਤੌਰ ਕਿਸਾਨ ਉਸ ਮੀਟਿੰਗ ਦੇ ਅੰਦਰ ਬੈਠ ਕੇ ਪੰਜਾਬ ਦੇ ਕਿਸਾਨ ਦੀ ਗੱਲ ਕਰਦੇ ਰਹੇ, ਸਾਡੇ ਕੈਬਨਿਟ ਵਜ਼ੀਰ ਵੀ ਉੱਥੇ ਬੈਠੇ ਰਹੇ। ਸੋ ਇਹਨਾਂ ਦੇ 2 ਮੈਂਬਰ ਪਾਰਲੀਮੈਂਟ ਨੇਗੇ, ਪਰਿਵਾਰ ਦੇ 2 ਮੈਂਬਰ ਪਾਰਲੀਮੈਂਟ ਨੇਗੇ, ਹਰਸਿਮਰਤ ਕੌਰ ਬਾਦਲ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਦੋਨਾਂ ਨੇ ਜਦੋਂ ਪਾਰਲੀਮੈਂਟ ਚੱਲਦੀ ਸੀ ਉਸ ਸਮੇਂ ਵੀ ਹਾਦਾ ਨਹੀਂ ਮਾਰਿਆ, ਔਰ ਉਸ ਤੋਂ ਬਾਅਦ ਵੀ ਨਹੀਂ ਮਾਰਿਆ। ਇਹ ਜਿੰਨਾ ਮਰਜ਼ੀ ਬੋਲੀ ਜਾਣ, ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਿਸਾਨ ਵਿਰੋਧੀ ਪਾਰਟੀ ਪੰਜਾਬ ਦੇ ਅੰਦਰ ਹੈ ਅਤੇ ਭੂਮਿਕਾ ਨਿਭਾ ਰਿਹਾ। ਦੇਖੋ ਸਰਕਾਰ ਜਿਹੜੀ ਆ, ਸਰਦਾਰ ਭਗਵੰਤ ਸਿੰਘ ਮਾਨ ਜੀ, ਮਾਨਯੋਗ ਮੁੱਖ ਮੰਤਰੀ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਿਸਾਨ ਦੇ ਨਾਲ ਖੜੀ ਆ, ਉਹਨਾਂ ਬੰਦਿਆਂ ਨਾਲ ਕੀ ਸਲਾਹ ਮਸ਼ਵਰਾ ਕਰਨਾ ਗਾ ਜਿਹੜੇ ਕਿਸਾਨ ਵਿਰੋਧੀ ਨੇਗੇ, ਜਿਨ੍ਹਾਂ ਦਾ ਚਿਹਰਾ ਹੀ ਪਤਾ ਗਾ ਪੰਜਾਬ ਦੇ ਲੋਕਾਂ ਨੂੰ, ਜਿਨ੍ਹਾਂ ਨੇ ਆ ਕੇ ਵੀ ਉਹਨਾਂ ਮੀਟਿੰਗਾਂ 'ਚ
ਕਿਸਾਨ ਵਿਰੋਧੀ ਗੱਲਾਂ ਕਰ ਰਹੀਆਂ ਨੇਗੀਆਂ, ਜਿਨ੍ਹਾਂ ਨੇ ਆ ਕੇ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਕੋਈ ਨਾ ਕੋਈ ਸਾਬੋਤਾਜ ਕਰਨਾ ਗਾ। ਸੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਉਹਨਾਂ ਤੋਂ ਦੂਰ ਰਹਿਣਾ ਠੀਕ ਆ, ਤਾਂ ਹੀ ਸੰਘਰਸ਼ ਜਿਹੜਾ ਉਹ ਕਾਇਮ ਰਹੂਗਾ। ਨਹੀਂ ਤਾਂ ਇਹ ਬੰਦੇ ਉਹ ਨੇ ਜਿਹੜੇ ਕੋਈ ਨਾ ਕੋਈ ਚਾਲ ਚੱਲ ਕੇ ਕਿਸਾਨੀ ਸੰਘਰਸ਼ ਨੂੰ ਤੋੜਨ ਦਾ ਯਤਨ ਕਰ ਰਹੇ ਨੇ। ਨਹੀਂ ਫਿਲਹਾਲ ਇਹਦੇ 'ਤੇ ਕੋਈ ਵਿਚਾਰ ਨਹੀਂ। ਥੈਂਕ ਯੂ।